ज्यादातर स्टूडेंट जो 2023 ਦੇ ਵਿੱਚ 12th ਪਾਸ ਆਊਟ ਨੇ ਇੱਕ ਗੱਲ ਨੂੰ ਲੈ ਕੇ ਹਮੇਸ਼ਾ ਕਨਫਿਊਜ਼ਨ ਦੇ ਵਿੱਚ ਰਹਿੰਦੇ ਆ ਕਿਹੜੀ ਕੰਟਰੀ ਸਟੱਡੀ ਵੀਜ਼ਾ ਦੇ ਲਈ ਬੈਸਟ ਹੈ। ਕੁਝ ਸਟੂਡੈਂਟ ਜੋ ਆਸਟ੍ਰੇਲੀਆ ਨੂੰ ਪ੍ਰੈਫਰ ਕਰਦੇ ਆ ਉੱਥੇ ਹੀ ਬਹੁਤ ਸਾਰੇ ਸਟੂਡੈਂਟ ਦੀ ਕਿਤੇ ਨਾ ਕਿਤੇ ਜਿਹੜੀ ਫਸਟ ਪ੍ਰੈਫਰੈਂਸ ਆ ਉਹ ਕੈਨੇਡਾ ਰਹਿੰਦੀ ਆ। ਹੁਣ ਇਸ ਗੱਲ ਦੇ ਵਿੱਚੋਂ ਕਨਫਿਊਜ਼ਨ ਨੂੰ ਕਿਸ ਤਰੀਕੇ ਨਾਲ ਦੂਰ ਕੀਤਾ ਜਾਵੇ, ਕੁਝ ਪੁਆਇੰਟ ਜਿਹੜੇ ਆਪਾਂ ਕੈਨੇਡਾ ਤੇ ਆਸਟ੍ਰੇਲੀਆ ਦੇ ਜੋ ਸਟੱਡੀ ਵੀਜ਼ਾ ਦੇ ਡਿਫਰੈਂਸ ਜੋ ਹੈਗੇ ਆ ਉਸ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਇੱਕ ਗੱਲ, ਸਟੂਡੈਂਟ ਨੂੰ ਆਪਣਾ ਮੋਟਿਵ ਕਲੀਅਰ ਕਰਨਾ ਚਾਹੀਦਾ, ਉਹ ਇੰਟਰਨੈਸ਼ਨਲ ਸਟੱਡੀ ਕਿਸ ਪਰਪਜ਼ ਦੇ ਲਈ ਕਰ ਰਿਹਾ। ਜ਼ਿਆਦਾਤਰ ਸਟੂਡੈਂਟ ਜੋ ਇੰਟਰਨੈਸ਼ਨਲ ਸਟੱਡੀ ਦੇ ਲਈ ਜਾਂਦੇ ਆ ਉਸੇ ਕੰਟਰੀ ਦੇ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੇ ਆ, ਈਜ਼ੀ ਸੈਟਲਮੈਂਟ ਉਹਨਾਂ ਦਾ ਜਿਹੜੀ ਫਸਟ ਪ੍ਰੈਫਰੈਂਸ ਹੁੰਦੀ ਹੈ। ਉੱਥੇ ਹੀ ਬਹੁਤ ਸਾਰੇ ਸਟੂਡੈਂਟ ਜੋ ਫੋਰਨ ਕਿਸੇ ਕੰਟਰੀ ਦੇ ਵਿੱਚ ਸਟੱਡੀ ਕਰਕੇ ਵਾਪਸ ਆਪਣੀ ਕੰਟਰੀ ਦੇ ਵਿੱਚ ਆ ਕੇ ਆਪਣੀ ਫੈਮਿਲੀ ਦੇ ਨਾਲ ਇੱਥੇ ਜਾਂ ਤਾਂ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਆ ਜਾਂ ਕਿਸੇ ਚੰਗੀ ਕੰਪਨੀ ਦੇ ਵਿੱਚ ਜੋਬ ਕਰਨਾ ਚਾਹੁੰਦੇ ਆ, ਅਗਰ ਤਾਂ ਤੁਹਾਡਾ ਪਲਾਨ ਜੋ ਸੈਟਲਮੈਂਟ ਦਾ ਹੈ ਦੈਨ ਤੁਹਾਨੂੰ ਕੈਨੇਡਾ ਹੀ ਚੂਜ਼ ਕਰਨਾ ਚਾਹੀਦਾ, ਕਿਉਂਕਿ ਕੈਨੇਡਾ ਦੇ ਵਿੱਚ ਅੱਗੇ PR ਦੇ ਬਹੁਤ ਅੱਛੇ ਪ੍ਰੋਗਰਾਮ ਨੇ। ਸਭ ਤੋਂ ਪਹਿਲਾਂ ਸਟੱਡੀ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਆਪਸ਼ਨ ਹੈ, ਦੈਨ ਫੁੱਲ ਟਾਈਮ ਐਕਸਪੀਰੀਅੰਸ ਗੇਨ ਕਰਕੇ ਤੁਸੀਂ ਆਪਣਾ ਜੋ ਵੀ PR ਦਾ ਪ੍ਰੋਗਰਾਮ ਉਸ ਪ੍ਰੋਵਿੰਸ ਦੇ ਵਿੱਚ ਐਪਲੀਕੇਬਲ ਆ ਉਹਦੇ ਵਿੱਚ ਆਪਣੀ ਐਲੀਜੀਬਿਲਿਟੀ ਡਿਟਰਮਿਨ ਕਰਵਾ ਸਕਦੇ ਹੋ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਵੀ PR ਅਪਲਾਈ ਕਰ ਸਕਦੇ ਹੋ, ਬਟ ਆਸਟ੍ਰੇਲੀਆ ਦਾ PR ਦਾ ਰਸਤਾ ਥੋੜ੍ਹਾ ਟਫ ਹੈ। ਬਹੁਤ ਸਾਰੇ ਸਟੂਡੈਂਟ ਜੋ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਜਾਂਦੇ ਆ ਉਹਨਾਂ ਨੂੰ ਵਾਪਸ ਆਪਣੀ ਹੋਮ ਕੰਟਰੀ ਆਉਣਾ ਪੈਣਾ। ਆਸਟ੍ਰੇਲੀਆ ਅਗਰ ਸਟੱਡੀ ਵੀਜ਼ਾ ਲਈ ਜਾਣਾ, ਸਟੱਡੀ ਦੇ ਲਈ ਬਹੁਤ ਵਧੀਆ ਡੈਸਟੀਨੇਸ਼ਨ ਹੈ, ਵਾਪਸ ਆ ਕੇ ਬਹੁਤ ਚੰਗੀ ਜੋਬ ਜਾਂ ਬਿਜ਼ਨਸ ਤੁਸੀਂ ਆਪਣਾ ਕਰ ਸਕਦੇ ਹੋ, ਬਟ ਨਾਲ ਨਾਲ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਵੀ PR ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਹੀ ਹੋਮਵਰਕ ਕਰਨਾ ਪਊਗਾ ਕਿ ਸਿਟੀ ਦੇ ਵਿੱਚ ਕਿੰਨੇ ਪੁਆਇੰਟਸ ਤੁਹਾਨੂੰ PR ਦੇ ਲਈ ਚਾਹੀਦੇ, ਉਹਦੇ ਅਕੋਰਡਿੰਗ ਹੀ ਤੁਹਾਨੂੰ ਆਪਣੀ ਯੂਨੀਵਰਸਿਟੀ ਐਂਡ ਸਿਟੀ ਚੂਜ਼ ਕਰਨੀ ਪਏਗੀ। ਉਸ ਤੋਂ ਬਾਅਦ ਜੋ ਲੈਂਥ ਆਫ ਪ੍ਰੋਗਰਾਮ ਦੀ ਗੱਲ ਕਰੀਏ, 98% ਸਟੂਡੈਂਟ ਜੋ ਕੈਨੇਡਾ ਸਟੱਡੀ ਵੀਜ਼ਾ ਦੇ ਵਿੱਚ ਜਾਂਦੇ ਆ ਉਹ ਹਮੇਸ਼ਾ ਹੀ ਡਿਪਲੋਮਾ ਪ੍ਰੋਗਰਾਮ ਚੂਜ਼ ਕਰਦੇ ਆ। ਕੈਨੇਡਾ ਦੇ ਵਿੱਚ ਡਿਪਲੋਮਾ ਪ੍ਰੋਗਰਾਮ ਜੋ ਕਿ ਅੰਡਰ ਗ੍ਰੈਜੂਏਟ ਡਿਪਲੋਮਾ ਜਿਸਨੂੰ ਕਿਹਾ ਜਾਂਦਾ ਹੈ ਐਂਡ ਐਡਵਾਂਸ ਡਿਪਲੋਮਾ, ਇਹਦੇ ਵਿੱਚ ਵੀ 12th ਵਾਲੇ ਬੱਚੇ ਜਾ ਸਕਦੇ ਆ। ਉਸ ਤੋਂ ਬਾਅਦ ਪੋਸਟ ਗ੍ਰੈਜੂਏਟ ਡਿਪਲੋਮਾ ਸਰਟੀਫਿਕੇਟ ਪ੍ਰੋਗਰਾਮ ਜੋ 1 ਜਾਂ 2 ਜਾਂ 3 ਸਾਲ ਦੇ ਲਈ ਜੋ ਕਾਲਜ ਜਾਂ ਯੂਨੀਵਰਸਿਟੀ ਆਫਰ ਕਰਦੀ ਹੈ ਸਟੂਡੈਂਟ ਉਸਦੇ ਵਿੱਚ ਐਡਮਿਸ਼ਨ ਲੈਂਦੇ ਨੇ। ਉੱਥੇ ਹੀ ਆਸਟ੍ਰੇਲੀਆ ਦੇ ਵਿੱਚ ਬੱਚੇ ਅਗਰ ਤਾਂ 12th ਪਾਸ ਆਊਟ ਬੱਚਾ ਤਾਂ ਉਹ ਬੈਚਲਰ ਡਿਗਰੀ ਦੇ ਲਈ ਜਾਂਦਾ, ਅਗਰ ਬੈਚਲਰ ਜਾਂ ਮਾਸਟਰ ਪਾਸ ਆਊਟ ਸਟੂਡੈਂਟ ਆ ਤਾਂ ਉਹ ਜਾਂ ਤਾਂ ਮਾਸਟਰ ਦੇ ਲਈ ਜਾਂ ਡਬਲ ਮਾਸਟਰ ਦੇ ਲਈ ਆਸਟ੍ਰੇਲੀਆ ਜਾਏਗਾ। ਹੁਣ ਆਸਟ੍ਰੇਲੀਆ ਦੇ ਵਿੱਚ ਵੀ ਡਿਪਲੋਮਾ ਪ੍ਰੋਗਰਾਮ ਹੈ, ਬਹੁਤ ਸਾਰੇ ਕਾਲਜ ਆਫਰ ਕਰਦੇ ਆ, ਬਟ ਉਸਦੇ ਵਿੱਚ ਸਕਸੈਸ ਰੇਟ ਬਹੁਤ ਘੱਟ ਰਹਿੰਦਾ, ਉਹਨਾਂ ਚੰਗਾ ਸਕਸੈਸ ਰੇਟ ਨਹੀਂ ਹੁੰਦਾ ਜਿੰਨਾ ਚੰਗਾ ਸਕਸੈਸ ਰੇਟ ਅੱਗੇ ਡਿਗਰੀ ਦੇ ਵਿੱਚ ਹੁੰਦਾ। ਐਂਡ PR ਦੇ ਲਈ ਵੀ ਉਹ ਬੱਚਿਆਂ ਨੂੰ ਜ਼ਿਆਦਾ ਆਸਾਨੀ ਹੁੰਦੀ ਹੈ ਜਿਹੜੇ ਡਿਗਰੀ ਦੇ ਵਿੱਚ ਜਾਂਦੇ। ਉਸ ਤੋਂ ਬਾਅਦ ਸਭ ਤੋਂ ਵੱਡਾ ਫਾਈਨੈਂਸ਼ੀਅਲ ਡਿਫਰੈਂਸ ਦੇਖੀਏ, ਫੀਸ ਦਾ ਫਰਕ ਅਗਰ ਦੇਖੀਏ ਤਾਂ ਕੈਨੇਡਾ ਦੇ ਵਿੱਚ ਜ਼ਿਆਦਾਤਰ ਜੋ ਫੀਸ ਹੈ ਉਹ $17,000-$20,000 ਜਾਂ $15,000-$20,000 ਦੇ ਵਿੱਚ ਕਹਿ ਸਕਦੇ ਹਾਂ, ਜਿਹਦੇ ਵਿੱਚ 9-11 ਲੱਖ ਰੁਪਇਆ ਇੰਡੀਅਨ ਰੁਪੀਸ ਦਾ ਹੁੰਦਾ। ਉਸ ਤੋਂ ਬਾਅਦ ਜੋ GIC ਸਟੂਡੈਂਟ ਨੂੰ ਪੇ ਕਰਨਾ ਪੈਂਦਾ ਆਪਣੇ 1 ਸਾਲ ਦੇ ਖਰਚੇ ਬੱਚੇ ਨੂੰ ਪਹਿਲਾਂ ਹੀ ਗਵਰਨਮੈਂਟ ਆਫ ਕੈਨੇਡਾ ਨੂੰ ਦੇਣੇ ਪੈਂਦੇ ਆ, ਉਹ GIC ਦੇ ਰੂਪ ਵਿੱਚ ਤੁਹਾਡਾ ਅਕਾਊਂਟ ਓਪਨ ਹੋਊਗਾ ਤੇ ਅਪਰੋਕਸੀਮੇਟਲੀ $10,000 ਤੁਹਾਨੂੰ ਉੱਥੇ ਰਹਿ ਫੂਡ ਐਂਡ ਅਕੋਮੋਡੇਸ਼ਨ ਦੇ ਲਈ ਤੁਹਾਨੂੰ ਮਿਲਣਗੇ। ਉੱਥੇ ਅਗਰ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੀ, ਆਸਟ੍ਰੇਲੀਆ ਦੇ ਵਿੱਚ GIC ਨਾਂ ਦਾ ਕੋਈ ਪ੍ਰੋਗਰਾਮ ਨਹੀਂ ਹੈ, ਉੱਥੇ ਸਟੂਡੈਂਟ ਨੂੰ ਫੰਡ ਸ਼ੋਅ ਕਰਨੇ ਪੈਂਦੇ ਆ, ਬਟ ਫੀਸ ਦਾ ਕੈਨੇਡਾ ਦੇ ਨਾਲ ਬਹੁਤ ਡਿਫਰੈਂਸ ਹੈ ਕਿਉਂਕਿ ਬੈਚਲਰ ਜਾਂ ਮਾਸਟਰ ਦੇ ਲਈ ਜ਼ਿਆਦਾਤਰ ਬੱਚੇ ਜਾਂਦੇ ਆ। ਬੈਚਲਰ ਦੀ ਫੀਸ ਜੋ ਆਸਟ੍ਰੇਲੀਆ ਦੇ ਵਿੱਚ ਹੈ ਉਹ 25,000-28,000 ਤੋਂ ਸਟਾਰਟ ਹੋ ਕੇ 35,000-40,000 ਤੱਕ ਅਪਰੋਕਸੀਮੇਟਲੀ 13-20 ਲੱਖ ਤੱਕ ਜੋ 1 ਸਾਲ ਦੀ ਫੀਸ ਯੂਨੀਵਰਸਿਟੀ ਆਫਰ ਕਰਦੀ ਹੈ। ਉੱਥੇ ਕੈਨੇਡਾ ਦੇ ਲਈ ਫੰਡਸ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ, ਬਟ ਕਿਸੇ ਪ੍ਰੋਫਾਈਲ ਨੂੰ ਜ਼ਿਆਦਾ ਸਟਰੋਂਗ ਕਰਨ ਦੇ ਲਈ ਆਪਾਂ ਫੰਡ ਸ਼ੋਅ ਕਰਦੇ ਹਾਂ, ਬਟ ਆਸਟ੍ਰੇਲੀਆ ਬਿਨਾਂ ਫੰਡਸ ਤੋਂ ਤੁਸੀਂ ਵੀਜ਼ਾ ਨਹੀਂ ਅਪਲਾਈ ਕਰ ਸਕਦੇ। ਅਗਰ 1 ਸਾਲ ਦੀ ਤੁਸੀਂ ਯੂਨੀਵਰਸਿਟੀ ਫੀਸ ਪੇ ਕਰ ਰਹੇ ਹੋ ਤੁਹਾਨੂੰ ਅਲੱਗ ਅਮਾਊਂਟ ਫੰਡਸ ਦੀ ਪੇ ਕਰਨੀ ਪੈਂਦੀ ਹੈ, ਅਗਰ 1 ਸਮੈਸਟਰ ਦੀ ਫੀਸ ਤੁਸੀਂ ਪੇ ਕਰ ਰਹੇ ਹੋ ਤਾਂ ਤੁਹਾਨੂੰ ਅਲੱਗ ਅਮਾਊਂਟ ਜਿਹੜੀ ਉਹ ਪੇ ਕਰਨੀ ਪਊਗੀ। ਦੂਸਰਾ ਜੋ ਇੰਸ਼ੋਰੈਂਸ ਦੀ ਹੈਲਥ ਇੰਸ਼ੋਰੈਂਸ ਦੀ ਗੱਲ ਕਰੀਏ, ਕੈਨੇਡਾ ਜਿਹੜੀ ਤੁਹਾਡੀ ਕਾਲਜ ਦੀ ਟਿਊਸ਼ਨ ਫੀਸ ਆ ਤੁਹਾਡਾ ਹੈਲਥ ਇੰਸ਼ੋਰੈਂਸ ਕਵਰ ਕਰਦੀ ਹੈ, ਬਟ ਆਸਟ੍ਰੇਲੀਆ ਤੁਹਾਨੂੰ ਜਿਹੜਾ ਆਪਣਾ ਹੈਲਥ ਇੰਸ਼ੋਰੈਂਸ ਆ ਉਹ ਅਲੱਗ ਤੋਂ ਬਾਏ ਕਰਨਾ ਪੈਂਦਾ। ਉਸ ਤੋਂ ਬਾਅਦ ਅਗਰ ਵਰਕ ਪਰਮਿਟ ਦੀ ਗੱਲ ਕਰੀਏ, ਦੋਨੋਂ ਕੰਟਰੀ ਦੇ ਵਿੱਚ ਹੀ ਸਟੱਡੀ ਤੋਂ ਬਾਅਦ ਸਟੂਡੈਂਟ ਨੂੰ ਵਰਕ ਪਰਮਿਟ ਆਫਰ ਹੁੰਦਾ। ਉਸ ਤੋਂ ਬਾਅਦ PR ਦੀ ਅਗਰ ਗੱਲ ਕਰੀਏ, ਹੁਣ ਕੈਨੇਡਾ ਦੇ ਵਿੱਚ ਫੁੱਲ ਟਾਈਮ ਕੈਨੇਡੀਅਨ ਐਕਸਪੀਰੀਅੰਸ ਦੇ ਨਾਲ ਤੁਸੀਂ PR ਪਾ ਸਕਦੇ ਹੋ, ਓਕੂਪੇਸ਼ਨ ਦਾ ਕੋਈ ਜ਼ਿਆਦਾ ਵੱਡਾ ਰੋਲ ਨਹੀਂ ਹੁੰਦਾ। ਹਾਲਾਂਕਿ ਐਕਸਪ੍ਰੈਸ ਐਂਟਰੀ ਜਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦਾ ਥੋੜ੍ਹਾ ਬਹੁਤ ਰੋਲ ਹੁੰਦਾ, ਬਟ ਆਸਟ੍ਰੇਲੀਆ ਦੇ ਵਿੱਚ ਟੋਟਲੀ ਜੋ PR ਆ ਓਕੂਪੇਸ਼ਨ ਬੇਸਡ ਹੈ, ਕਿਸ ਓਕੂਪੇਸ਼ਨ ਦੇ ਲਈ ਕਿੰਨੇ ਪੁਆਇੰਟ ਚਾਹੀਦੇ ਆ ਉਸਦੇ ਅਕੋਰਡਿੰਗ ਹੀ ਤੁਸੀਂ ਜਿਹੜੀ ਆਪਣੀ PR ਵੀ ਅਪਲਾਈ ਕਰ ਸਕਦੇ ਹੋ। ਉਸ ਤੋਂ ਬਾਅਦ ਜੋ ਵਰਕ ਐਕਸਪੀਰੀਅੰਸ ਬੇਸਡ PR ਮੈਂ ਆਲਰੇਡੀ ਦੱਸ ਚੁੱਕਿਆ, ਕੈਨੇਡਾ ਦੇ ਵਿੱਚ ਮਿਨੀਮਮ 6 ਮੰਥ ਦਾ ਜਾਂ ਮੈਕਸੀਮਮ 1 ਈਅਰ ਦਾ ਕੰਮ ਕਰਕੇ ਤੁਸੀਂ ਆਪਣੀ PR ਦੀ ਐਲੀਜੀਬਿਲਿਟੀ ਬਣਾ ਸਕਦੇ ਹੋ, ਬਟ ਆਸਟ੍ਰੇਲੀਆ ਦੇ ਲਈ ਤੁਹਾਨੂੰ ਓਕੂਪੇਸ਼ਨ ਦੇ ਲਈ ਅਲੱਗ ਅਲੱਗ ਪੁਆਇੰਟਸ ਜੋ ਦੇਖਣੇ ਪੈਂਦੇ ਆ ਕਿ ਸਿਟੀ ਦੇ ਵਿੱਚ ਕਿਸ ਓਕੂਪੇਸ਼ਨ ਲਈ ਕਿੰਨੇ ਪੁਆਇੰਟਸ ਆ ਅਤੇ ਉਹਦੇ ਅਕੋਰਡਿੰਗ ਹੀ ਤੁਹਾਡੀ ਐਲੀਜੀਬਿਲਿਟੀ ਡਿਟਰਮਿਨ ਹੋਊਗੀ। ਦੂਸਰੀ ਇੱਕ ਗੱਲ ਜੋ ਦੋਨੋਂ ਕੰਟਰੀਜ਼ ਦੇ ਵਿੱਚ ਕਾਮਨ ਹੈ, ਹਮੇਸ਼ਾ ਜ਼ਿਆਦਾਤਰ ਸਟੂਡੈਂਟ ਜੋ
ਫੁੱਲੀ ਡਿਵੈਲਪ ਸਿਟੀ ਨੇ ਉਹਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਦੇ ਆ ਤਾਂ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਅੱਗੇ ਪੀ ਆਰ ਦੇ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਨੋਨ ਡਿਵੈਲਪਿੰਗ ਸਿਟੀ ਦੇ ਵਿੱਚ ਅਗਰ ਤੁਸੀਂ ਜਾਓਗੇ ਤਾਂ ਦੋਨੋਂ ਕੰਟਰੀਜ਼ ਦੇ ਵਿੱਚ ਹੀ ਤੁਹਾਨੂੰ ਬੈਨੀਫਿਟ ਵੀ ਮਿਲਣਾ। ਕੈਨੇਡਾ ਅਗਰ ਆਪਾਂ ਗੱਲ ਕਰੀਏ, ਮੈਨੀਟੋਬਾ, ਸਸਕੈਚਵਨ ਤੁਸੀਂ ਜਾ ਸਕਦੇ ਹੋ, ਆਸਟ੍ਰੇਲੀਆ ਜਿੱਥੇ ਆਪਾਂ ਗੱਲ ਕਰੀਏ, ਤਸਮੈਨੀਆ, ਕੈਨਬਰਾ, ਇੱਧਰ ਦੀਆਂ ਸਿਟੀ ਤੁਸੀਂ ਚੂਜ਼ ਕਰ ਸਕਦੇ ਹੋ। ਧੰਨਵਾਦ।